ਹਾਂ ਹਾਂ ਭਾਈ ਸਮਾਨ ਲੈ ਲਿਆ ਬਸ ਗੱਡੀ 'ਚ ਰੱਖਣ ਲੱਗੇ ਹਾਂ ਅਤੇ ਆ ਜਾਓ ਤੁਸੀਂ ਉੱਥੇ ਠੀਕ ਹੈ ਲੋਕੇਸ਼ਨ ਭੇਜ ਦੇਣਾ ਮੈਂ ਜਿੱਥੇ ਮਿਲਣਾ ਸਮਾਨ ਸਾਰਾ ਲੈ ਲਿਆ ਵੀਰਾ ਲੈ ਲਿਆ ਪਾਣੀ ਦੀਆਂ ਬੋਤਲਾਂ ਲੈ ਲਿਆ ਪਾਣੀ ਸਾਰਾ ਕੁਝ ਲੈ ਲਿਆ ਸਾਰਾ ਆ ਜਾਓ ਵੀਰਾਂ ਲੈ ਲਿਆ ਉਹਨੂੰ ਕਹੇ ਉੱਥੇ ਜਾ ਕੇ ਬਾਰਬੀਕਿਊ ਦਾ ਦੇਖ ਮੇਰੀ ਐਨ ਘਰ ਹੈਗੀਆਂ ਯਾਰ ਉਹ ਜਾ ਯਾਰ ਉਹ ਲਾ ਕੜਾ ਵੀ ਹੈਗਾ ਘੜੀ ਵੀ ਹੈਗੀ ਆ ਕੰਨੀ ਨੱਤੀਆਂ ਵੀ ਹੈਗੀਆਂ ਠੀਕ ਆ ਗੱਲ 'ਚ ਚੈਨ ਵੀ ਇਤਰਾ ਬਾਈ ਜੱਟਦਾ ਸਾਰਾ ਸਮਾਨ ਇੱਕ ਵਾਰ ਯਾਰ ਤੂੰ ਮੈਨੇ ਜਾ ਸੋਹਣਾ ਲੱਗਦਾ ਕਿ ਨਹੀਂ ਕੜੇ ਦਾ ਕੀ ਸੋਹਣਾ ਤਾਂ ਮੈਂ ਹੀ ਲੱਗਦਾਗਾ ਸਾਰਾ ਸਮਾਨ ਹੈਗਾ ਮਰੀ ਜਾਣਾ ਆਪਦੀਆਂ ਸਮਾਨ ਮੇਰਾ ਹੈਗਾ ਸਾਰਾ ਕੁਝ ਹੈਗਾ ਮੈਨੂੰ ਲੱਗਦਾ ਨਾ ਕੋਈ ਸਮਾਨ ਰਹਿ ਨਾ ਗਿਆ ਹੋਵੇ ਨਹੀਂ ਨਹੀਂ ਹੁਣ ਆਪਣੇ ਕੋਲੇ 4-5 ਦਿਨ ਨੇ ਕ੍ਰਿਸਮਸ ਦੇ ਪੂਰੇ ਚਿੱਪ ਕੱਢਣੇ ਆ ਠੀਕ ਹੈ ਜੱਟ ਵੀ ਸੋਹਣਾ ਲੱਗਦਾ ਇਹ ਡੀਜੇ ਡੂਜੇ ਕਰਤਾ ਨਾ ਤਾਂ 4-5 ਦਿਨ ਹੁਣ ਪੂਰਾ ਨਜ਼ਾਰੇ ਲੈਣੇ ਕ੍ਰਿਸਮਸ ਹੁਣ ਤਾਂ ਜੌਬ ਦੀ ਵੀ ਟੈਨਸ਼ਨ ਨਹੀਂ ਆਪਾਂ ਨੂੰ ਠੀਕ ਹੈ ਹਾਂ ਆ ਜਾ ਕੇ ਰਾ ਦੇਖ ਲਾ ਫੋਨ ਸਾਰਿਆਂ ਨੂੰ ਲਾਗੇ ਫੋਨ ਚੱਲ ਹੁਣ ਹਾਂ ਚੱਲ ਮੈਂ ਟ੍ਰੋਲ ਹਾਂ ਗੁਰਪ੍ਰੀਤ ਮੈਂ 2 ਮਿੰਟ ਵੀਰ ਜੀ ਹੁਣਾਂ ਦਾ ਕੁਝ ਵਿਚਾਰ ਸਾਂਝੇ ਕਰਕੇ ਆ ਅੱਛਾ ਜੀ ਤੂੰ ਖੜ ਜਾ ਸਾਰਿਆਂ ਨੂੰ ਕਰਕੇ ਮੈਂ ਦੇਣਾ ਹੋਵੇ ਹੁਣ ਚੈੱਕ ਕਰ ਲੈਣਾ ਸਾਰਾ ਕੁਝ ਮਿਡ ਦਸੰਬਰ ਤੋਂ ਐਂਡ ਦਸੰਬਰ ਜਾਂ ਇੱਕ ਪੋਹ ਤੋਂ ਲੈ ਕੇ 15 ਪੋਹ ਤੱਕ ਕੀ ਸਿੱਖ ਇਤਿਹਾਸ ਚ ਵਾਪਰਿਆ ਸ਼ਹੀਦ ਹੋਏ ਪਿਆਰੇ ਸ਼ਹੀਦ ਹੋਏ ਤੁਸੀਂ ਕਦੇ ਰਿਲਾਈਜ਼ ਕੀਤੀ ਇਹ ਗੱਲ ਇਸ ਬਾਰੇ ਭਾਜੀ ਬਸ ਤੁਹਾਨੂੰ ਪਤਾ ਹੋਣਾ ਕ੍ਰਿਸਮਸ ਆਪਣੇ ਲਈ ਬਹੁਤ ਜ਼ਰੂਰੀ ਹੈ ਨਹੀਂ ਭਾਜੀ ਕਿੱਡਾ ਸਾਡੇ ਨਾਲ ਵਾਪਰਿਆ ਤੇ ਮਹਾਰਾਜ ਨੇ ਜਦੋਂ 4 ਸਾਹਿਬਜ਼ਾਦੇ ਸ਼ਹੀਦ ਹੋਏ ਤਾਂ ਉਦੋਂ ਇਹ ਕਿਹਾ ਸੀਗਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਮੂਏ ਤੋਂ ਕਿਆ ਮੂਆ ਜੀਵਤ ਕਈ ਹਜ਼ਾਰ ਕੀ ਅਸੀਂ ਉਹਨਾਂ ਦੇ ਭਾਈ ਕਹਾਣ ਦੇ ਲਾਇਕ ਹਾਂ ਜਾਂ ਅਸੀਂ ਤਾਂ ਉਹਨਾਂ ਨੂੰ ਯਾਦ ਵੀ ਨਹੀਂ ਰੱਖਦੇ ਅਸੀਂ ਪਾਰਟੀਆਂ 'ਚ ਅੱਜ ਦੇ ਟਾਈਮ 'ਚ ਇੰਨਾ ਜ਼ਿਆਦਾ ਰੁੱਝ ਗਏ ਕਿ ਸਾਨੂੰ ਲੱਗਦਾ ਹੀ ਨਹੀਂ ਮਤਲਬ ਰਿਲਾਈਜ਼ ਹੀ ਨਹੀਂ ਹੁੰਦਾ ਸਾਨੂੰ ਇਹ ਗੱਲ ਤਾਂ ਹਾਂਜੀ ਭਾਜੀ ਇੱਦਾਂ ਹੈ ਭਾਜੀ ਕੀ ਸਾਨੂੰ ਰਿਲਾਈਜ਼ ਕਰਨਾ ਨਹੀਂ ਚਾਹੀਦਾ ਚਾਹੀਦਾ ਭਾਜੀ ਚਾਹੀਦਾ ਜੀ ਭਾਜੀ ਬਸ ਇੱਥੇ ਤੁਹਾਨੂੰ ਪਤਾ ਕ੍ਰਿਸਮਸ ਹਰ ਕੋਈ ਕ੍ਰਿਸਮਸ ਕਰੀ ਜਾਂਦਾ ਨਹੀਂ ਕਰੀ ਜਾਂਦਾ ਕ੍ਰਿਸਮਸ ਪਰ ਸਾਡਾ ਆਪਣਾ ਇਤਿਹਾਸ ਸਾਡਾ ਇਹਨਾਂ ਦਿਨਾਂ ਦੇ ਵਿੱਚ ਅਗਰ ਸਾਡੇ ਘਰ ਕੋਈ ਮਾੜਾ ਜਿਹਾ ਬਿਮਾਰ ਹੋ ਜਾਵੇ ਆਪਾਂ ਸਭ ਕੁਝ ਕੈਂਸਲ ਕਰ ਦਿੰਦੇ ਹਾਂ ਤਾਂ ਸਾਡੇ ਭਾਈ ਸਾਡੇ ਪਿਆਰੇ ਸ਼ਹੀਦ ਹੋਏ ਆ ਅਤੇ ਅਸੀਂ ਇਹਨਾਂ ਬਾਰੇ ਬਿਲਕੁਲ ਵੀ ਮਨ 'ਚੋਂ ਹੀ ਕੱਢਤੇ ਹਾਂ ਸਾਰਾ ਕੁਛ ਬਸ ਇੰਨਾ ਮਾਇਆ ਦੇ ਪਿੱਛੇ ਲੱਗ ਕੇ ਜਾਂ ਇੱਕ ਸਿਸਟਮ ਦੇ ਪਿੱਛੇ ਲੱਗ ਕੇ ਆਪਾਂ ਭੁੱਲ ਗਏ ਸਾਰਾ ਕੁਛ ਨਹੀਂ ਭਾਜੀ ਬਸ ਭਾਈ ਦੇਖੋ ਦੇਖ ਬੱਚਿਆਂ ਨੂੰ ਵੀ ਇਤਿਹਾਸ ਦੱਸ ਸਕਦੇ ਹੋ ਨਹੀਂ ਤਾਂ ਬੱਚੇ ਤਾਂ ਜਮਾਂ ਹੀ ਭੁੱਲ ਜਾਣਗੇ ਤੁਸੀਂ ਭੁੱਲ ਗਏ ਪੰਜਾਬ ਤੋਂ ਆ ਕੇ ਉਰੇ ਜਿਹੜੇ ਬੱਚੇ ਉਰੇ ਜੰਮ ਪਲ ਨੇ ਤਾਂ ਉਹਨਾਂ ਦਾ ਕੀ ਬਣਨਾ ਉਹਨਾਂ ਨੇ ਤਾਂ ਭੁੱਲਣਾ ਹੀ ਭੁੱਲਣਾ ਫਿਰ ਭਾਜੀ ਜਦੋਂ ਉੱਥੇ ਸੀਗੇ ਜਾਂਦੇ ਹੁੰਦੇ ਸੀਗੇ ਸਭਾ ਤੇ ਚੇਤੇ ਆ ਰਿਹਾ ਜੀ ਸਾਰਾ ਕੁਛ ਉਹੀ ਗੱਲਾਂ ਸ਼ਹੀਦੀ ਦਿੱਤੀ ਛੋਟੇ ਸਾਹਿਬਜ਼ਾਦਿਆਂ ਨੇ ਭਾਜੀ ਤੁਹਾਨੂੰ ਇੰਨਾ ਪਤਾ ਫਤਿਹਗੜ੍ਹ ਸਾਹਿਬ ਦੇ ਏਰੀਏ ਦੇ ਵਿੱਚ ਤਾਂ ਲੋਕੀ ਬੈੱਡਾਂ 'ਤੇ ਨਹੀਂ ਸੌਂਦੇ ਥੱਲੇ ਪੂੰਜੇ ਸੌਂਦੇ ਨੇ ਮਹਾਰਾਜ ਦੇ ਬੱਚਿਆਂ ਦੇ ਸਤਿਕਾਰ ਦੇ ਉਹਦੇ 'ਚ ਹਾਂਜੀ ਭਾਜੀ ਅਤੇ ਆਪਾਂ ਉਰੇ ਪਾਰਟੀਆਂ ਮਤਲਬ ਕੋਈ ਆਪਣੇ ਪੰਜਾਬ 'ਚ ਤਾਂ ਮੈਨੂੰ ਲੱਗਦਾ ਉਹਨਾਂ ਦਿਨਾਂ 'ਚ ਵਿਆਹ ਵੀ ਨਹੀਂ ਲੋਕੀ ਕਰਦੇ ਬਹੁਤ ਜਿਨ੍ਹਾਂ ਨੂੰ ਮਹਾਰਾਜ ਦੇ ਮਤਲਬ ਇਹ ਕਹਿ ਸਕਦੇ ਹੋ ਜਿਹੜੇ ਸਮਝਦੇ ਆ ਇਸ ਸ਼ਹੀਦੀ ਨੂੰ ਜਿਹੜੇ ਸਤਿਕਾਰ ਕਰਦੇ ਆ ਉਹ ਤਾਂ ਮਤਲਬ ਵਿਆਹ ਸ਼ਾਦੀ ਮਤਲਬ ਹੀ ਨਹੀਂ ਆ ਤੇ ਤੁਸੀਂ ਮਤਲਬ ਪਾਰਟੀਆਂ ਨਾਲ ਇੰਜੋਏ ਕਰਨਾ ਤੇ ਹੋਰ ਕਦੇ ਰਿਲਾਈਜ਼ ਕੀਤੀ ਇਹ ਗੱਲ ਮੇਰਾ ਕੋਈ ਮਕਸਦ ਤੁਹਾਨੂੰ ਮਤਲਬ ਇਹ ਨਹੀਂ ਸੀਗਾ ਤੁਹਾਡੀ ਕੋਈ ਇਨਸਲਟ ਕਰਨਾ ਜਾਂ ਉੱਦਾਂ ਦਾ ਤੁਹਾਨੂੰ ਸਮਝਾਉਣਾ ਮਤਲਬ ਸੀਗਾ ਕਿਉਂਕਿ ਤੁਸੀਂ ਛੋਟੇ ਵੀਰ ਹੋ ਮੇਰੇ ਭਾਈਆਂ ਵਰਗੇ ਹੋ ਹਨਾ ਤੁਹਾਨੂੰ ਰਿਲਾਈਜ਼ ਹੋਵੇ ਇਹ ਚੀਜ਼ ਵੀ ਕਿੰਨੀ ਜ਼ਰੂਰੀ ਹੈ ਅਤੇ ਆਪਾਂ ਕਿੱਧਰ ਨੂੰ ਜਾ ਰਹੇ ਹਾਂ ਅਗਰ ਤੁਸੀਂ ਸਮਝੋਗੇ ਤਾਂ ਆਉਣ ਵਾਲੇ ਤੁਸੀਂ ਆਪਣੇ ਬੱਚਿਆਂ ਨੂੰ ਸਮਝਾਓਗੇ ਭੈਣਾਂ ਭਾਈਆਂ ਨੂੰ ਦੱਸੋਗੇ ਤਾਂ ਇਹ ਮਤਲਬ ਅੱਗੇ ਲਈ ਹੋਰ ਬੱਚਿਆਂ ਲਈ ਸੇਧ ਹੋਊਗੀ ਇਹੀ ਮੇਰਾ ਮੈਸੇਜ ਸੀਗਾ ਸੋ ਸਾਧ ਸੰਗਤ ਜੀ ਸਾਡਾ ਇਹੀ ਮਕਸਦ ਸੀ ਇਸ ਵੀਡੀਓ ਬਣਾਉਣ ਦਾ ਕਿ ਸਾਰੀ ਸੰਗਤ ਨੂੰ ਇਹ 15 ਦਿਨ ਸਪੈਸ਼ਲੀ ਯਾਦ ਰੱਖਣ ਕਿ ਕਿੱਦਾਂ ਸਿੱਖ ਇਤਿਹਾਸ ਦੇ ਵਿੱਚ ਸੰਗਤਾਂ ਨੇ ਮਹਾਰਾਜ ਦੀ ਬਖਸ਼ਿਸ਼ ਦੁਆਰਾ ਸਿੰਘ ਸ਼ਹੀਦ ਹੋਏ 4 ਸਾਹਿਬਜ਼ਾਦੇ ਸ਼ਹੀਦ ਹੋਏ ਮਾਤਾ ਗੁਜਰੀ ਜੀ ਸ਼ਹੀਦ ਹੋਏ ਆਪਾਂ ਇਹਨਾਂ ਦਿਹਾੜਿਆਂ ਨੂੰ ਯਾਦ ਰੱਖੀਏ ਗੁਰਬਾਣੀ ਨਾਲ ਜੁੜੀਏ ਇਤਿਹਾਸ ਨਾਲ ਜੁੜੀਏ ਇਹ ਸਾਡਾ ਮਕਸਦ ਸੀਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ